ਫਿਰ ਜਮਾਰ ਘਣੀ ਮਾਰਿਆ ਜਮਾਰ ਮੇਦੀ ਐ ਮਾਰਦਾ ਮਾਰ ਆਪਣੇ ਜਾਤੇ ਮੁਤਾਬਕ 110 ਜਾਂ 108 110 ਜਾਂ 108 ਹਾਣੀ 104 ਦੀ ਮਾ ਕੁਡੂ ਸਿੱਕੇ ਯਾਦ ਨੰਗਰੇ ਦੇ ਕੜਾ ਲਾਸਟ ਬੇਟਮ ਰੇਲਗੱਡੀਆਂ ਹਕੂਮਤ ਨੀ ਟੈਮ ਵੀ ਲਾਲਟ ਬੇਟਮ ਦੀ ਜਹਾਜ ਅੱਗੇ ਨਿਕਲੀ ਆ ਲਾਲਟ ਆਇਆ ਕੂੜਾ ਹਲਾਇਆ ਪਿੱਛੇ ਉਥਾਈ ਜਿਹੜੀ ਮਤਲਬ 46 ਦਾ ਅੱਧ ਗੁਜ਼ਰਿਆ ਲੱਦ ਪਲਾਣ ਤੇ ਕਾਇਦਾ ਆਜ਼ਮ ਦੀ ਫੌਜ ਹੁੰਦੀ ਖਾਕਸਾਰ ਸੜੀਂਦੀ ਪਠਾਣੂ ਦੇ ਬੇਲਚਿਆਂ ਵਾਲੇ ਕਾਇਦਾ ਆਜ਼ਮ ਦੀ ਬਦਾਮੀ ਬਾਗ ਚ ਗੱਡ ਥੀਂਦੀ ਅਸਾਂ ਵਹਿੰਦੇ ਹਾਂ ਤੇ ਅੰਗਰੇਜ਼ ਨਾਲ ਝੇੜਾ ਕਰਦੇ ਤੇ ਅੰਗਰੇਜ਼ ਹਲੈਂਦੇ ਗੋਲੀ ਇਹ ਹਣੇਂਦੇ ਹਨ ਬੇਲਚਾ ਬੇਲਚਾ ਅਲੀ ਅਲੀ ਕਰ ਠਕਾ ਦੇ ਅੰਗਰੇਜ਼ ਕੋ ਬੇਲਚਾ ਥੀ ਵਣੇ ਤੇ ਚੇਲ ਨੂੰ ਵਧੋ ਵਾਹ ਪਾਬੰਦੀ ਅਲਾਮਾ ਇਕਬਾਲ ਆ ਅਬਦੁਲ ਨਸ਼ਤਰ ਆ ਕਾਇਦਾ ਆਜ਼ਮ ਆ ਲਿਆਕਤ ਖਾਨ ਉਥੇ ਲਾਹੌਰ ਬੇਟਮ ਨੇ ਬਾਬਾ ਸਾਂਗੇ ਬਟਵਾਰੋ ਕਰੇ ਨੇ ਮੁਲਕ ਜੋ ਚੰਦਰ ਬੋਸ ਇਹਨਾਂ ਦਾ ਵੱਡਾ ਹਾ ਨਹਿਰੂ ਜੰਗੋ ਆਦੇ ਨਹਿਰੂ ਲਾਲ ਉਹ ਇਹਨਾਂ ਦਾ ਵੱਡਾ ਹਾ ਪਿੱਛੇ ਇਹਨੇ ਆਖਿਆ ਅੰਗਰੇਜ਼ਾਂ ਕਿਹਾ ਕੈਸੇ ਬਟਵਾਰਾ ਕਰੋ ਹਕਾਇਦਾ ਆਜ਼ਮ ਆਖਿਆ ਇਸ ਮੁਲਕ ਮੇਂ ਦੋ ਕੌਮੇ ਰਹਿਤੀ ਹੈ ਲਿਖੋ ਉਹ ਲਿਖਿਆ ਕਿਹੜੇ ਬਾਬਾ ਦੋ ਕੌਮੇ ਰਹਿਤੀ ਹੈ ਇਸ ਮੁਲਕ ਮੇਂ ਪੂਰਾ ਹਿੰਦੁਸਤਾਨ ਹਾਂ ਕਰੇ ਨਹਿਰੂ ਆਖਿਆ ਸੀ ਦੋ ਕੌਮੇ ਕੌਣ ਬੋਲਾ ਇੱਕ ਹਿੰਦੂ ਇੱਕ ਮੁਸਲਮਾਨ ਸੀ ਮੁਸਲਮਾਨ ਕਿਆ ਚੀਜ਼ ਹੈ ਉਹਦਾ ਹੀ ਆਖਣ ਅਬਦੁਲ ਨਸਰ ਠਕਾ ਜਾਏ ਥੱਪੜ ਅਸੈਂਬਲੀ ਦੇ ਹਾਲਤ ਕੀਤਾ ਉਹਦਾ ਵੀ ਕੁਰਸੀ ਦਊਂਗੇ ਅਸੈਂਬਲੀ ਅਸੈਂਬਲੀ ਜਾਵੇ ਆਪੇ ਨਾ ਹਾਣੀ ਜੇ ਇਹ ਗੱਲ ਜਾਂ ਥੋੜ੍ਹੀ ਨਿਕਟੀ ਚੋਰੀ ਮਾਣੂ ਖਬਰਾਂ ਬੁੱਧਿਆਂ ਦਾ ਦੁਕਾ ਹੋਇਆ ਘਰੇ ਕੋ ਬੰਦ ਕਰ ਬੁੱਧੀ ਚ ਥੋੜ੍ਹੀ ਹੱਲ ਚੱਲ ਲਾਹੌਰ ਵੀ ਬਾਣ ਮਤੀ ਮੁਸਲਮਾਨਾਂ ਦੀ ਹਿੰਦੂਆਂ ਦੇ ਗੱਤ ਕਾ ਨੇਠਾ ਜਿਵੇਂ ਉਹਨਾਂ ਖੇ ਸਜ਼ਾ ਕਰਿਓ ਸਜ਼ਾ ਕਿਤਨੇ ਦੇਖ ਕਾਇਦਾ ਚਪਰਾ ਦੀ ਵਾਗੇ ਦਿਨ ਕੇ ਕੱਢੀ ਵਨ ਕਬਾ ਕਰੋ ਬਾਹਰ ਬੈਠਾ ਦਿੱਤੋ ਕਬਾ ਪੂਰਾ ਦਿੱਤੀ ਅਬਦੁਲ ਨਸਰ ਕੌਣ ਹੈ ਬੈਲ ਇਹਨੇ ਆਖਿਆ ਨਾ ਸਜ਼ਾ ਨਹੀਂ ਦੀ ਮਤਲਬ ਸਜ਼ਾ ਉਸਕੀ ਗਏ ਘੰਟਾ ਦੀ ਉਹ ਪੂਰੀ ਹੋ ਗਈ ਬਾਬਾ ਪਿੱਛੇ ਨਾਲ ਵੱਢ ਟੁੱਕ ਥੀ ਮਾਮੇ ਅੱਗੇ ਹਲ ਤੱਕ ਮੈਂ ਗੋਠ ਛੋੜਾ ਭੈਣ ਮੇਰੀ ਨਾਰਾਜ਼ ਮਰੀਜ਼ ਸੀ ਪਰ ਗੋਠਾਣ ਰਸਤੇ ਦੇ ਮੱਥੋਂ 47 ਦੀ ਐਲਾਨ ਥੀ ਕਾਇਦਾ ਆਜ਼ਮ ਕਰਾਚੀ ਪਹੁੰਚ ਗਿਆ ਲਾਹੌਰ ਪਹੁੰਚ ਗਿਆ ਪਿੱਛੇ ਚਰਚਾ ਹੁੰਦਾ ਮਾਣਿਆ ਯਾਰ ਕਾਇਦਾ ਆਜ਼ਮ ਜਿੰਨਾ ਛੱਡੇ ਖਿਤਾਬ ਹਨ ਤੇ ਮਾਣੂ ਅੱਜ ਆਦਾ ਮਾਈ ਜਿੰਨਾ ਕਿਹੜਾ ਕੰਮ ਕਰੇ ਸੀ ਪਿੱਛੇ ਆਏ ਸੀ ਬਨੀ ਮਜ਼ਦੂਰੀ
ملک جا کے دے پارا پارا تھی ہندو بھج گئے اسارے گوٹ جے اسارے بوزدار نے اللہ رکھ ماتے ماران دے لے انہاں دے بوزدار آنگو اے بھی بادشاہی ماتے آنے یہ سب گیان وانے آئے دلور گنو دھو گوٹ دے بھیڑا بھلا تے یاد ہے نو بھیڑا کو 900 سال تھی بھیڑا پرانا ہے پرانا 900 سال بھیڑے دے دور بھائے اے سائیں عنایت اللہ کاکا بھی یہ بھیڑا بھٹے صاحب شملہ معاہدہ کیتا اندرا گاندھی نال اندرا گاندھی آخر حل تو خدا سا پان گالھایو سیاح بٹا قیدی لاکت خان وزیر